ਸ਼ਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਜੀ ਸਾਰੇ ਜਣੇ? ਹੋਪ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ। ਅਤੇ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਰਿਆਂ ਦਾ ਮੇਰੇ ਨਿਊ ਚੈਨਲ 'ਤੇ। ਅਤੇ ਅੱਜ ਮੇਰਾ ਹੈਗਾ ਫਸਟ ਵਲੋਗ, ਸੋ ਫਸਟ ਵਲੋਗ ਬਣਾਉਂਦੇ ਬਣਾਉਂਦੇ ਹੋਪ ਕਰਦੀ ਹਾਂ ਤੁਹਾਨੂੰ ਪਸੰਦ ਆਊਗਾ, ਅੱਗੇ ਵੀ ਤੁਸੀਂ ਮੈਨੂੰ ਸਪੋਰਟ ਕਰੋਗੇ। ਸੋ ਉਹ ਚੈਨਲ ਤਾਂ ਵਧੀਆ ਚੱਲ ਹੀ ਰਿਹਾ ਸੀ, ਹੋਪ ਕਰਦੇ ਹਾਂ ਇਹ 'ਤੇ ਵੀ ਤੁਸੀਂ ਸਾਨੂੰ ਉਵੇਂ ਹੀ ਪਿਆਰ ਦਿਓਗੇ ਜਿਵੇਂ ਉਸ ਚੈਨਲ 'ਤੇ ਦਿੰਦੇ ਹੋ। ਇਸ ਚੈਨਲ 'ਤੇ ਕੀ ਹੋਊਗਾ, ਮੇਰੇ ਮਤਲਬ ਮੇਰੇ ਰਿਲੇਟਡ ਵੀਡੀਓਜ਼ ਆਉਣਗੀਆਂ, ਜਿਵੇਂ ਕਿ ਮੈਂ ਕਿਚਨ 'ਚ ਕੁਛ ਵੀ ਬਣਾਉਂਦੀ ਹਾਂ ਜਾਂ ਕੁਛ ਮੇਰਾ ਡੇਲੀ ਰੂਟੀਨ ਮਤਲਬ ਹੈ ਨਾ, ਉਹ ਤੁਹਾਨੂੰ ਦੇਖਣ ਨੂੰ ਮਿਲੂਗਾ, ਹੈ ਨਾ। ਅਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਆਪਾਂ ਤਿਆਰ ਹਾਂ, ਆਪਾਂ ਜਾਣਾ ਹੁਣ ਚੰਡੀਗੜ੍ਹ ਨੂੰ ਮੇਰੇ ਪੇਕੇ। ਉਹ ਤੋਂ ਪਹਿਲਾਂ ਬਣਾਉਣੀ ਆ ਆਲੂ ਟਿੱਕੀ। ਕਾਫੀ ਦਿਨ ਹੋ ਗਏ, ਬਹੁਤ ਦਿਲ ਕਰ ਰਿਹਾ ਸੀ, ਮੈਂ ਕਿਹਾ ਚਲੋ ਅੱਜ ਪਹਿਲੀ ਵੀਡੀਓ ਸ਼ੂਟ ਵੀ ਕਰ ਲਈਏ ਅਤੇ ਬਣਾ ਕੇ ਖਾ ਲਈਏ। ਬਹੁਤ ਦਿਲ ਕਰਦਾ ਸੀ, ਫਸਟ ਟਾਈਮ ਟਰਾਈ ਕਰਨ ਲੱਗੀ ਹਾਂ। ਸੋ ਦੇਖਦੀ ਹਾਂ ਕਿਵੇਂ ਦੀ ਬਣੂਗੀ ਅਤੇ ਤੁਹਾਨੂੰ ਸਾਰਿਆਂ ਨੂੰ ਵੀ ਦੱਸਦੀ ਹਾਂ ਵੀ ਕਿਵੇਂ ਮੈਂ ਬਣਾਇਆ, ਹੈ ਨਾ, ਕੀ ਮੈਂ ਯੂਜ਼ ਕੀਤਾ। ਅਤੇ ਬਾਕੀ ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਨੂੰ। ਅਤੇ ਉਹ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਾਰੇ ਜਣੇ ਜ਼ਰੂਰ ਸਬਸਕ੍ਰਾਈਬ ਕਰ ਦਿਓ, ਕਿਉਂਕਿ ਤੁਸੀਂ ਹੋ ਤਾਂ ਅਸੀਂ, ਹੈ ਨਾ, ਤੁਸੀਂ ਸਪੋਰਟ ਕਰੋਗੇ ਤਾਂ ਹੀ ਅਸੀਂ ਹਾਂ। ਸੋ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਆ ਲਓ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਗੀ ਵੀ ਮੈਂ ਕੀ ਯੂਜ਼ ਕਰ ਰਹੀ ਹਾਂ। ਕਿਹਦੇ ਲਈ? ਟਿੱਕੀ ਲਈ। ਮੈਂ ਤਾਂ ਕਿਹਾ ਸੀ ਮੈਂ ਕੱਲ੍ਹ ਬਣਾ ਲੈਂਦੇ ਹਾਂ, ਅਸੀਂ ਲੇਟ ਹੁੰਦੇ ਹਾਂ ਅਸੀਂ ਜਾਣਾ, ਪਰ ਸਰ ਕਹਿੰਦੇ ਨਹੀਂ ਅੱਜ ਹੀ ਖਾਣੀ ਹੈ, ਹੈ ਨਾ। ਸੋ ਆ ਜਾਓ ਫਿਰ ਇੱਧਰ। ਸਭ ਤੋਂ ਪਹਿਲਾਂ ਮੈਂ ਲਿੱਤੇ ਨੇ ਪਟੈਟੋ, ਉਹ ਤਾਂ ਪਤਾ ਹੀ ਹੈ ਟਿੱਕੀ ਆਲੂਆਂ ਦੀ ਹੁੰਦੀ ਆ ਯਾਰ, ਇਹ ਬੋਇਲ ਕੀਤੇ ਹੋਏ ਪਟੈਟੋ ਨੇ। ਇਹਦੇ 'ਚ ਆਪਾਂ ਧਨੀਆ ਪਾ ਦਾਂਗੇ, ਧਨੀਆ ਆਪਾਂ ਮਤਲਬ ਇਹਦਾ ਟੇਸਟ ਵਧੀਆ ਆਊਗਾ, ਅਸੀਂ ਪੁਦੀਨਾ ਵੀ ਪਾ ਸਕਦੇ ਹਾਂ ਧਨੀਆ ਦੀ ਜਗ੍ਹਾ, ਜੇ ਤੁਹਾਡੇ ਕੋਲ ਅਵੇਲੇਬਲ ਹੈਗਾ ਉਹ, ਠੀਕ ਆ। ਉਹ ਤੋਂ ਬਾਅਦ ਅਸੀਂ ਇਹਦੇ 'ਚ ਥੋੜ੍ਹੀ ਜੀ ਮਿਰਚੀ ਲੱਗੀ, ਹਾਂਜੀ ਜੀ, ਤੁਸੀਂ ਇਹਦੇ 'ਚ ਹਰੀ ਮਿਰਚ ਵੀ ਪਾ ਸਕਦੇ ਹੋ ਕੱਟ ਕੇ, ਬਟ ਅਸੀਂ ਘੱਟ ਖਾਂਦੇ ਹਾਂ ਇਸ ਕਰਕੇ। ਉਹ ਤੋਂ ਬਾਅਦ ਸਵਾਦ ਅਨੁਸਾਰ ਨਮਕ, ਠੀਕ ਹੈ। ਉਹ ਤੋਂ ਬਾਅਦ ਅੱਛਾ ਟੇਸਟ ਡਾਲਣ ਕੇ ਲਈ ਹਮ ਇਸਨੂੰ ਐਡ ਕਰੇਂਗੇ ਨਿੰਬੂ, ਹਨੀ ਜੀ ਨੂੰ ਜੋ ਕਿ ਬਿਲਕੁਲ ਨਹੀਂ ਪਸੰਦ ਪਰ ਮੈਨੂੰ ਬਹੁਤ ਪਸੰਦ ਆ। ਕਈ ਵਾਰ ਜਿਵੇਂ ਕੋਈ ਦਾਲ ਹੁੰਦੀ ਹੈ ਮੈਂ ਤਾਂ ਉਹਦੇ 'ਚ ਪਾ ਕੇ ਵੀ ਖਾ ਲੈਂਦੀ ਹੁੰਦੀ ਹਾਂ, ਪਰ ਹਨੀ ਨਹੀਂ ਖਾਂਦੇ, ਅੱਜ ਦਾ ਖਾਣੀ ਹੋ। ਅਤੇ ਆਹ ਕੁਛ ਮਸਾਲੇ ਜਿਹੜੇ ਘਰ ਹੁੰਦੇ ਨੇ ਮਿਕਸ ਕੀਤੇ ਨੇ, ਉਹ ਅਸੀਂ ਐਡ ਕਰ ਦਾਂਗੇ ਥੋੜ੍ਹੇ ਥੋੜ੍ਹੇ, ਜ਼ਿਆਦਾ ਨਹੀਂ ਕਰਾਂਗੇ, ਥੋੜ੍ਹੀ ਕਰਾਂਗੇ। ਉਹ ਤੋਂ ਬਾਅਦ ਮੇਰੇ ਕੋਲ ਪਈਆਂ ਸੀ ਚਿਲੀ ਫਲੈਕਸ, ਥੋੜ੍ਹੀ ਜਿਹੀ ਉਹ ਪਾ ਦਾਂਗੇ ਜੀ, ਮੈਂ ਕਹਿੰਦੀ ਅੱਜ ਤੌਬਾ ਤੌਬਾ ਬਣਾ ਲੈਂਦੇ। ਉਹ ਤੋਂ ਬਾਅਦ ਇਹ ਕੰਪਲੀਟ ਹੋ ਗਿਆ, ਇਹਨੂੰ ਆਪਾਂ ਮੈਸ਼ ਕਰ ਲਾਂਗੇ, ਅਸੀਂ ਹੱਥਾਂ ਨਾਲ ਕਰਾਂਗੇ, ਐ ਨਹੀਂ ਐਡੀ ਗੱਲ ਨਹੀਂ ਹੈਗੀ ਮੇਰੇ ਕੋਲ, ਉਹ ਵੀ ਹੈਗਾ ਮੈਸ਼ਰ, ਪਰ ਮੈਂ ਫਿਰ ਵੀ ਹੱਥ ਯੂਜ਼ ਕਰਾਂਗੇ, ਹੈ ਨਾ, ਹੱਥ ਦਾ ਸਵਾਦ ਅਲੱਗ ਹੁੰਦਾ। ਇਹਦੇ ਵਿੱਚ ਆਪਾਂ ਕੀ ਕਰਨਾ, ਕਈ ਮਤਲਬ ਬ੍ਰੈਡ ਕ੍ਰੰਬਸ ਹੁੰਦੇ ਨੇ ਜਿਹੜੇ, ਹੈ ਨਾ, ਉਹਦੇ ਨਾਲ ਬਣਾਉਂਦੇ ਹੁੰਦੇ ਨੇ, ਅਸੀਂ ਸੂਜੀ ਵੀ ਐਡ ਕਰ ਸਕਦੇ ਹਾਂ ਟਿੱਕੀ 'ਚ, ਬਟ ਮੈਂ ਕੀ ਐਡ ਕਰੂੰਗੀ, ਇਹ ਮੈਂ ਰਾਈਸ ਲਿੱਤੇ ਸੀ ਮਿਕਸੀ 'ਚ, ਇਹਨਾਂ ਨੂੰ ਗ੍ਰੈਂਡ ਕਰ ਲਿਆ ਸੀਗਾ, ਠੀਕ ਹੈ। ਤੁਸੀਂ ਸੂਜੀ ਯੂਜ਼ ਕਰ ਸਕਦੇ ਹੋ, ਉਹਨੂੰ ਵੀ ਪਹਿਲਾਂ ਮਿਕਸੀ 'ਚ ਗ੍ਰੈਂਡ ਕਰਨਾ ਪੈਣਾ। ਫਿਰ ਸੂਜੀ ਵਗੈਰਾ ਨਾਲ ਕੀ ਹੁੰਦਾ, ਬ੍ਰੈਡ ਨਾਲ ਜਿਹੜੀ ਟਿੱਕੀ ਹੁੰਦੀ ਆ ਉਹ ਬਣਦੀ ਆ ਥੋੜ੍ਹੀ ਹੈਵੀ, ਇਹਦੇ ਨਾਲ ਬਣਦੀ ਆ ਕੀ ਬਣਦੀ ਹੈ ਲਾਈਟ ਵੇਟ, ਅਸੀਂ ਆਰਾਮ ਨਾਲ 10-15 ਟਿੱਕੀਆਂ ਖਾ ਸਕਦੇ। ਆ ਤੁਸੀਂ ਆਪਣੇ ਆਪਣੇ ਅਨੁਸਾਰ ਡਾਲਣਾ ਹੈ, ਆਪਣੇ ਮੈਂ ਆਪਣੇ ਅਨੁਸਾਰ ਪਾ ਰਹੀ ਹਾਂ, ਤੁਸੀਂ ਆਪਣੇ ਅਨੁਸਾਰ। ਸੋ ਡਬ ਸਾਡਾ ਬਣ ਕੇ ਰੈਡੀ ਆ, ਇਹਨੂੰ ਅਸੀਂ 15-20 ਮਿੰਟ ਤੱਕ ਰੈਸਟ 'ਤੇ ਰੱਖ ਦਾਂਗੇ, ਉਹਨਾਂ 'ਚ ਫਰਾਈ ਪੈਨ 'ਚ ਰਿਫਾਈਂਡ ਪਾ ਦਾਂਗੇ। ਕਈ ਮਤਲਬ ਜ਼ਿਆਦਾ ਫਰਾਈ ਕਰਦੇ ਨੇ, ਅਸੀਂ ਜ਼ਿਆਦਾ ਨਹੀਂ ਮਤਲਬ ਇਹਨੂੰ ਥੋੜ੍ਹਾ ਵੀ ਨਹੀਂ ਕਹਿ ਸਕਦੇ, ਅਸੀਂ ਮਤਲਬ ਇਹਨੂੰ ਨੋਰਮਲ ਜਿਹਾ ਹੀ ਫਰਾਈ ਕਰਾਂਗੇ, ਜ਼ਿਆਦਾ ਨਹੀਂ ਕਰਨਾ। ਚਲੋ ਜੀ ਫਿਰ ਇਹਨਾਂ 'ਚ ਸਾਡਾ ਡਬ ਤਿਆਰ ਹੋ ਜੇ, ਇਹਨਾਂ 'ਚ ਸਾਡਾ ਰਿਫਾਈਂਡ ਗਰਮ ਹੋ ਜਾਣਾ ਆ। ਲਓ ਜੀ 15 ਮਿੰਟ ਹੋ ਚੁੱਕੇ ਨੇ ਅਤੇ ਹੁਣ ਆਪਾਂ ਇਹਨਾਂ ਦੀ ਬਣਾ ਲੈਂਦੇ ਹਾਂ ਟਿੱਕੀਆਂ। ਅਤੇ ਆ ਲਓ ਫਿਰ ਟਿੱਕੀਆਂ ਸਾਡੀ ਬਣ ਕੇ ਰੈਡੀ ਨੇ, ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਹਾਂ। ਇਹਨੂੰ ਇੱਕ ਗੱਲ ਧਿਆਨ 'ਚ ਰੱਖਣੀ ਹੈ, ਇਹਨੂੰ ਆਪਾਂ ਕਰਾਂਗੇ ਲੋਅ ਫਲੇਮ 'ਤੇ, ਬਿਲਕੁਲ ਲੋਅ ਫਲੇਮ 'ਤੇ, ਕਿਉਂਕਿ ਜਿਹੜਾ ਇਹਦੇ 'ਚ ਅਸੀਂ ਚੌਲਾਂ ਦਾ ਆਟਾ ਪਾਇਆ ਨਾ
चंगी तरह पक जाए अंदर तक। वैसे बनाई तो मैं भी पहली बार हाँ, हूँ यह नहीं मैं पता बनू कि ट्राई करते हैं। रोज इदा की नवी नवी रेसिपीज देखने लिए ना मेरे चैनल में सबसक्राइब कर लो, क्योंकि मैं जो पहली बार करूंगी मेरी जो गलतियां होंगी मैं थोड़ा दसागी है ना इस करके ना बस कर लो सबसक्राइब। डर लग रही नहीं मेनू लग रहा काहे पता नहीं मैं कि मेरी बन गई बड़ी बन गई है पहली बार तो बन गई है तो मैं वेस्ट देन दी कोशिश करो। ओ वाओ मैं पता किया मैं बनाई नहीं बड़ी बड़ी क्योंकि साडे जिन्ने बड़े बंदे ने ऐसी उतनी बड़ी बड़ी टिक्कियां बनाईया ने बाकी तुसी अपने हिसाब नाल छोटा सा ही रख के भी बना सकते हो। डर जा लगी आ रहा मैं चलो जी फिर इन्हों मैं पूरा रिजल्ट दिखा दी बाद च। लो जी देखो टिक्किया मेनू तो लग रहा बन गई रंग भी पूरा आ गया। बाकी हुण सर तुहानू टेस्ट करके दसणगे मैं सारियां बना लवां उस तों बाद तुहानू मिलदे। लो जी उम्मीद नहीं सी फिर भी साडी टिक्कियां बन के तैयार ने। सो हुण आपां इहनू प्लेट च सजा दईए जरा। इहदे लई आपां रखी आ दही। हुण बाकी इहदा टेस्ट करन वाले दसणगे भी बणी कैसी आ। थोड़ी जी नहीं ज्यादा मिठी चटनी किन्नी के पावा नी स्वर्ग मुँह में पानी आया। हरी चटनी की कसर रही। लो जी इधर आ गए साडे अनियन ते साडी टिक्की की प्लेट है रेडी। हरी चटनी की कमी रह गई कोई गल नहीं मिलते हैं फिर इनू टेस्ट करा दो है ना। करिए जी आप हम टेस्ट तो थोनों भी दसिए कह जाए टेस्ट खाओ खाओ कि लगी फिर बहुत वादिया होने खा लें तो यार खा करते हो। हाँ जी सो टिक्की असी खा ली सी ते आराम भी कर लिया सी ते हुण टाइम 6:07 ते असी घरों निकले आ। हुणे रात च 2-3 काम सीगे जरूरी ओ करने ने ते असी क्यों चले आ उत्थे तुहानूं आने वाले व्लॉगां च पता लगूगा भी की करन चले आ। सो बने रहो मेरे चैनल ते उधर चैनल ते भी बने रहो। सर आवाज़ कम सर आवाज़ कम सो बने रहो ते कमेंट करके जरूर दस दौ किस टाइप दी वीडियोस तुहानू वधिया लगनगियां। जिवें मैं अज रेसिपी शेयर कीती आ जे एवें दी वीडियोस वधिया लगनगियां तां मैं अगे वाले व्लॉग च भी रेसिपी शेयर करिया करूँगी। बाकी इह ते डेली व्लॉग नहीं आया करूँगा है ना एक दिन 2-3 दिन का गैप दे के इधर व्लॉग करिया करांगे। जिहड़ा साडा दूजा चैनल आ उह ते डेली व्लॉग चलिया करनगे ते बाकी चैनल नू मेरे नू सबसक्राइब कर लो ते व्लॉग हुण आंदे रहने आ इंजॉय करदे रहो बस ते हुण अगे जाके फिर मिलदे। गाइज मैकडी का बर्गर
ਨਾਲ ਹੋਵੇ ਚਾਕਲੇਟ ਬਰਾਊਨੀ ਮਜ਼ਾ ਹੀ ਆ ਜਾਂਦਾ ਇੱਧਰ ਲਈ ਤਾਂ ਮੈਕਡੀ ਬਰਗਰ ਪਲੱਸ ਕੋਕ ਇੱਧਰ ਮੈਕਡੀ ਬਰਗਰ ਪਲੱਸ ਚੋਕੋ ਡਿਪ ਤੇ ਹੁਣ ਪੌਣੇ 8 ਹੋ ਗਏ ਅਸੀਂ ਪਹੁੰਚਣ ਵਾਲੇ ਆ ਪਹੁੰਚਣ ਵਾਲੇ ਹਜੇ ਕਿੱਥੇ ਤੇ ਅੱਧਾ ਪੌਣਾ ਘੰਟਾ ਹੋਰ ਲੱਗ ਜਾਣਾ ਸਾਨੂੰ ਅੱਧਾ ਘੰਟਾ ਲੱਗ ਜਾਣਾ ਪਹੁੰਚਣ ਤੇ ਬਾਕੀ ਆ ਖਾ ਲਈਏ ਫੇਰ ਮਿਲਾਂਗੇ ਬਥੇਰੀ ਬੈਟਰੀ ਲਓ ਜੀ ਆਪਾਂ ਘਰੇ ਪਹੁੰਚ ਗਏ ਤੇ ਹੁਣ ਸਭ ਤੋਂ ਪਹਿਲਾਂ ਕੰਮ ਆ ਆਏ 2-4 ਦਿਨ ਲਈ ਆ ਸਮਾਨ ਦੇਖ ਲਓ ਕਿੰਨਾ ਇਹ ਮੇਰਾ ਨਹੀਂ ਹੈ ਹਨੀ ਜੀ ਦਾ ਸਮਾਨ ਆ ਹਾਂ ਮੇਰਾ ਹੀ ਆ ਆਲੋ ਚੱਕੋ आपको नहीं दिखाएंगे टेंशन मत लो कुछ कैमरा शाही लोग हैं हमारे साथ चको अपना बैग जो छुट्टियां काटने गए थे हमारे साथ पर 4 दिन में वापस आ गए जेड़े जेड़े मेरे चैनल ते नवे ने जेड़े पुराने ने उन्होंने तो पता जेड़े नवे ने ए है मेरी माता श्री सत श्री अकाल जी सत श्री अकाल जी फोन तो निकल जाओ जी हो ठीक ठाक हो जी हाँ जी वधिया तुसी दसो असी बहुत वधिया ते हुण असी पहुंच गए हां पौने 9 बजे ते हुण थोड़ी जी सेवा पानी करा लिए फिर मिलदे हाँ जी गाइस सो 10 बज गए पहला व्लॉग सी इन्ना के सी इत्थे तक सी हुण रोटी खाण लगे रोटी खा के सो जाना बाकी कल दा व्लॉग शूट करूंगी दे की करांगे की नहीं करांगे ते होप करदी हां तुहानू मेरा पहला व्लॉग पसंद आया होगा जिहड़े नवे ने चैनल नू सबसक्राइब कर लो जिहड़े सानू जानदे ने ओह वी चैनल नू सबसक्राइब कर लो ते मिलदे हां नैक्सट वीडियो च लाइक कमेंट शेयर करना बिल्कुल ना भुल्लियो ठीक है तुसी भी कर दियो मिलते हैं फिर।